ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ಅಮੂਲਕ ਰਚਨਾ ਹੈ ਚੁੱਪ ਦਾਤਾ ਇਸ ਵਿੱਚ ਆਪ ਜੀ ਨੇ ਦਰਸਾਇਆ ਹੈ ਕਿ ਨਾਮ ਦੀ ਕਣੀ ਵਾਲੇ ਗੁਰੂ ਅਵਤਾਰ ਕਿਵੇਂ ਚੁੱਪ ਦਾਤਾ ਨੂੰ ਸੰਸਾਰ ਵਿੱਚ ਬਣਦੇ ਹਨ ਪਰ ਉਪਰੋਂ ਆਪ ਨਿਮਾਣੇ ਰਹੇ ਇਸ ਵਿੱਚ ਬੁੱਲੇ ਸ਼ਾਹ ਦਾ ਜ਼ਿਕਰ ਹੈ ਸ਼੍ਰੀ ਰਾਮਚੰਦਰ ਜੀ ਨੇ ਜੋ ਤੀਰ ਵਰਸਾਇਆ ਇੱਕ ਇੱਕ ਤੀਰ ਵਿੱਚ ਕਿੰਨੇ ਚੁੱਪ ਦਾਤਾ ਤਾਂ ਸਨ ਫਿਰ ਤੇ ਕਲਗੀਧਰ ਪਾਤਸ਼ਾਹ ਦਾ ਜ਼ਿਕਰ ਹੈ ਕਿ ਜਿਨ੍ਹਾਂ ਦੀ ਇੱਕ ਇੱਕ ਤੀਰ ਵਿੱਚ ਚੁੱਪ ਦਾਤਾਾਂ ਦੀ ਭਾਰੀ ਬਖਸ਼ਿਸ਼ ਸੀ ਸੋ ਇਹ ਭੁਲੇਖਾ ਸਾਡਾ ਦੂਰ ਕੀਤਾ ਕਿਉਂਕਿ ਸਾਡੇ ਵਿੱਚ ਭੁਲੇਖਾ ਪਾਇਆ ਗਿਆ ਕਿ ਗੁਰੂ ਹੋ ਕੇ ਆਪ ਜੀ ਨੇ ਤੀਰ ਤਲਵਾਰ ਕਿਉਂ ਪਕੜੀ ਇਸ ਲਿਖਤ ਵਿੱਚ ਬੜੇ ਸੁਚੇਜੇ ਢੰਗ ਨਾਲ ਸਮਝਾਇਆ ਗਿਆ ਕਿ ਸਤਗੁਰਾਂ ਦੇ ਇੱਕ ਇੱਕ ਤੀਰ ਵਿੱਚ ਵੀ ਚੁੱਪ ਦਾਤਾ ਤਾਂ ਸਨ ਆਉ ਪਿਆਰ ਨਾਲ ਸੰਮਨ ਕਰਨ ਦੀ ਕੋਸ਼ਿਸ਼ ਕਰੀਏ ਜੀ ਚੁੱਪ ਦਾਤਾ ਮਨੁੱਖ ਦਾ ਮਨੁੱਖ ਨਾਲ ਸੱਚਾ ਸੰਜੋਗ ਆਖਰ ਪਿਆਰ ਦਾ ਹੈ ਸਭ ਤੋਂ ਵੱਡਾ ਪਿਆਰ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਆਪ ਨੂੰ ਦੇਣੇ ਦਾ ਨਾਮ ਹੈ ਹਾਂਜੀ ਸਭ ਤੋਂ ਵੱਡਾ ਪਿਆਰ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਆਪ ਨੂੰ ਦੇਣੇ ਦਾ ਨਾਮ ਹੈ ਤੂੰ ਮੇਰੀ ਜਿੰਦ ਤੇ ਮੈਂ ਤੇਰੀ ਜਿੰਦ ਕਿਸ ਤਰ੍ਹਾਂ ਬਣੇ ਸਾਂ ਜ਼ਰਾ ਦਿਨਾਂ ਦੇ ਵਰਕੇ ਪਿੱਛੇ ਵਾਲ ਪਰਦ ਤੇ ਤਕੀਏ ਤਾਂ ਸਹੀ ਹਾਂਜੀ ਕਿਸੇ ਸਫੇ ਉਤੇ ਤੁਸੀਂ ਮੈਨੂੰ ਗੁਲਾਬ ਦੀ ਮਾਲਾ ਪਾਈ ਸੀ ਤੇ ਮਾਲਾ ਵਿੱਚ ਪਰੋਤਾ ਹਜ਼ੂਰ ਦਾ ਦਿਲ ਸੀ ਉਸ ਪੱਤਰੇ ਦੇ ਸਾਹਮਣੇ ਦਿਨ ਵਰਕੇ ਤੇ ਇੱਕ ਮਿੱਠਾ ਸ਼ਬਦ ਲਿਖਿਆ ਪਿਆ ਹੈ ਇਹ ਮਿੱਠੀ ਗੱਲ ਮੈਂ ਕੀਤੀ ਸੀ ਹੁਣ ਦੂਜਾ ਸਫਾ ਉਲਟਾਓ ਤਕਿਆ ਜੇ ਦੋ ਨੈਣ ਹਨ ਅਰ ਦੋ ਹੰਝੂ ਦੇ ਸਾਹਮਣੇ ਪੱਤਰੇ ਉਤੇ ਇੱਕ ਆਦਮੀ ਦਾ ਵਜੂਦ ਰੱਬੀ ਹਜ਼ੂਰੀ ਅਗੇ ਅਸ਼ਟਾਂਗ ਪ੍ਰਣਾਮ ਕਰ ਰਿਹਾ ਹੈ ਇਹਨਾਂ ਨੇ ਇੱਕ ਵਾਰੀ ਕਿਸੇ ਗਰੀਬ ਅਨਾਥ ਦੀ ਨਿਸ਼ਕਾਮ ਸੇਵਾ ਕੀਤੀ ਸੀ ਤੇ ਇਹ ਦੇਖ ਕੇ ਮੈਂ ਆਪਣੇ ਆਪ ਨੂੰ ਮਨੋਂ ਤਨੋਂ ਆਪ ਦਾ ਗੁਲਾਮ ਕਰ ਦਿੱਤਾ ਸੀ ਸਚੀਆਂ ਤੇ ਉੱਚੀਆਂ ਦਾਤਾਂ ਸਦਾ ਚੁੱਪ ਦਾਤਾਂ ਹੋਇਆ ਕਰਦੀਆਂ ਹਨ ਦੇਣ ਵਾਲੇ ਨੂੰ ਵੀ ਖਬਰ ਨਹੀਂ ਹੁੰਦੀ ਤੇ ਲੈਣ ਵਾਲੇ ਨੂੰ ਵੀ ਸਾਰ ਨਹੀਂ ਪੈਂਦੀ ਸਹਿਜ ਦੀਆਂ ਬਖਸ਼ਿਸ਼ਾਂ ਹਰ ਇੱਕ ਰੱਬੀ ਬੰਦਾ ਦੂਜੇ ਬੰਦੇ ਨੂੰ ਕਰਦਾ ਹੈ ਦੁਨੀਆ ਵਿੱਚ ਤੇ ਸਰੀਰਕ ਜੀਵਨ ਵਿੱਚ ਜੇ ਕੋਈ ਚੰਗੀ ਲੱਗਣ ਵਾਲੀ ਚੀਜ਼ ਹੈ ਤਾਂ ਇਹ ਚੋਂ ਪਦਾਤਾ ਹਨ ਉਹ ਰੋਟੀ ਦਾ ਟੁਕੜਾ ਜਿਹੜਾ ਮੈਂ ਕਿਸੇ ਨੂੰ ਇਹ ਸਮਝ ਕੇ ਕਿ ਮੈਂ ਦਾਤਾ ਹਾਂ ਦੇਣ ਲਈ ਚੁਕਿਆ ਬਸ ਹੱਥ ਲਾਉਣ ਨਾਲ ਹੀ ਝੂਠਾ ਹੋ ਗਿਆ ਪਰ ਉਹ ਟੁਕੜਾ ਜਿਸ ਨੂੰ ਮੈਂ ਬੇਸਮਝੀ ਜਈ ਵਿੱਚ ਤੇ ਬੇਖਬਰੀ ਜਈ ਵਿੱਚ ਵੰਡ ਖਾਦਾ ਉਹ ਜ਼ਰੂਰ ਤੇ ਦੰਤ ਉਹ ਜਿਹੜੀ ਗਿਣੀ ਕਦੀ ਨਾ ਜਾਵੇ ਮਿਣੀ ਕਦੀ ਨਾ ਜਾਵੇ ਮੁੱਲ ਜਿਸ ਦਾ ਕਦੀ ਪੈ ਨਾ ਸਕੇ ਕੋਈ ਪਾ ਨਾ ਸਕੇ ਕੋਈ ਦੇ ਨਾ ਸਕੇ ਭਾਵੇਂ ਇੱਕ ਪਾਰਟੀ ਹੋਈ ਕਮੀਜ਼ ਹੀ ਦਿੱਤੀ ਜਾਵੇ ਹੱਸਦਿਆਂ ਦੰਦਾਂ ਦੀ ਪ੍ਰੀਤ ਇੱਕ ਅਜੀਬ ਜੀਵਨ ਸੂਤਰ ਹੈ ਹਾਸ ਕੇ ਖਿੜੇ ਮੂੰਹ ਫੁੱਲ ਨਾ ਪਰ ਅੰਦਰੋਂ ਖਿੜੀ ਸੂਰਤ ਦਾ ਬਾਹਰੋਂ ਹੱਸ ਕੇ ਮਿਲਣਾ ਇਹ ਅਮੋਲਕ ਦਾਤ ਹੈ ਤਿਰਖਮੰਤ ਨੂੰ ਜਲ ਛਕਾਣਾ ਭੁੱਖੇ ਨੂੰ ਅੰਨ ਦੇਣਾ ਜ਼ਾਹਿਰਾ ਸ਼ਹਿਰ ਨੂੰ ਸੁਖੀ ਕਰਨਾ ਹੈ ਪਰ ਅਸਲ ਵਿੱਚ ਸੁਰਤ ਨੂੰ ਸੁਖੀ ਕਰਨਾ ਹੈ ਕਿਉਂਕਿ ਭੋਖ ਤ੍ਰੇਤੇ ਤ੍ਰਿਪਤ ਹੋ ਜਾਣ ਨਾਲ ਸੁਰਤ ਖਿੜ ਪੈਂਦੀ ਹੈ ਜਦੋਂ ਸੁਰਤ ਖਿੜ ਪਈ ਤਦ ਜਲ ਅੰਨ ਤੇ ਬਸਤਰ ਇੱਕ ਤਰ੍ਹਾਂ ਫਾਲਤੂ ਚੀਜ਼ਾਂ ਹੋ ਗਈਆਂ ਪਿਆਰ ਵਾਲੇ ਸੁਪਨਣ ਨੂੰ ਦੇਖਣ ਵਾਲੇ ਸੁਖਮ ਨੇਣ ਹੀ ਇਸ ਚੁੱਪ ਦਾਤ ਨੂੰ ਲੈਣ ਵਾਲੇ ਫਕੀਰਾਂ ਦੇ ਸੋਹਣੇ ਪਿਆਲੇ ਹਨ ਕਦੇ ਕੋਈ ਇੱਕ ਮਿਲਿਆ ਕਾਂਤੀ ਵੀ ਕੁਝ ਸਾਧਾਰਨ ਹੀ ਸੀ ਪਰ ਪਤਾ ਨਹੀਂ ਕੀ ਹੋਇਆ ਉਹ ਹਾਲ ਹੋਇਆ ਜ਼ੁਲੈਖਾ ਨੀਂਦ ਪਰਨਾ ਸੋਈ ਕਿ ਜਦ ਸੇ ਖੁਆਬ ਥਾ ਦੇਖਾ ਵਦ ਕੀ ਸੀ ਜੀਵਨ ਅਗ ਬਗੋਲਾ ਹੋ ਗਈ ਸਾਰੀ ਉਮਰ ਲੰਘ ਗਈ ਪਤਾ ਹੀ ਨਾ ਲੱਗਾ ਕਿ ਜਵਾਨੀ ਤੇ ਬੁਢਾਪਾ ਕਿੱਥੇ ਰਿਹਾ ਮੌਤ ਦਾ ਦਰਵਾਜ਼ਾ ਕਿਹੜਾ ਸੀ ਕਦ ਲੰਗੇ ਅਸੀਂ ਤਾਂ ਉਹ ਜੇ ਉਸੇ ਤਰ੍ਹਾਂ ਉਸਦੇ ਪਿਆਰ ਦੀ ਖਿੱਚ ਖਾ ਰਹੇ ਹਾਂ ਸਮਾਂ ਦੇਸ਼ ਦੁਨੀਆ ਸਾਨੂੰ ਤਾਂ ਬਿਰ ਹੋਤੇ ਸੰਜੋਗ ਦੀ ਇੱਕ ਰੰਗਤਾ ਜਈ ਦਿੱਸੀ ਫਿਰ ਤਾਂ ਨਾ ਉਹ ਭੈਣ ਮੈਨੂੰ ਮਿਲੀ ਨਾ ਮੈਂ ਉਹਨੂੰ ਮਿਲਿਆ ਪਰ ਦੇਵੀ ਨੇ ਆਪਣੇ ਪਵਿੱਤਰ ਹੱਥਾਂ ਨਾਲ ਜਿਹੜੇ ਫੁੱਲ ਮੈਨੂੰ ਦਿੱਤੇ ਉਹ ਹੂ ਬਹੂ ਮੇਰੇ ਦਿਲ ਦੇ ਕਮਰੇ ਵਿੱਚ ਹੱਸ ਰਹੇ ਹਨ ਤੇ ਕਦੀ ਕਦੀ ਕੋਈ ਅਗੰਮ ਦੀ ਖਿੜਕੀ ਖੁੱਲਦੀ ਹੈ ਤੇ ਉਸ ਤਰ੍ਹਾਂ ਦੀ ਹਸਦੀ ਹਸਦੀ ਦਾ ਇੱਕ ਝਾਕਾ ਜਿਹਾ ਮਿਲਦਾ ਹੈ ਆਖਦੇ ਹਨ ਇੱਕ ਦਿਨ ਬੁੱਲੇ ਸ਼ਾ ਕਿਸੇ ਗਲੀ ਵਿੱਚੋਂ ਲੰਘਦਾ ਜਾਵੇ ਕੀ ਦੇਖਦਾ ਹੈ ਇੱਕ ਸੁਹਾਗਣ ਸਿਰ ਗੁੰਦਾਰੀ ਹੈ ਬੋਲਿਆ ਨਹੀਂ ਪੈਣੜੀਏ ਨਹੀਂ ਪੈਣੜੀਏ ਕੀ ਕਰ ਰਹੀ ਹੋ ਉਹ ਬੋਲੀ ਫਕੀਰਾ ਇਸ ਕੁੜੀ ਦਾ ਸਿਰ ਕਰ ਰਹੀ ਆ ਇਸ ਦੇ ਸਾਈਂ ਅਜ ਘਰ ਆਉਣਾ ਹੈ ਬੁੱਲਾ ਬੋਲਿਆ ਮੇਰਾ ਵੀ ਸਿਰ ਗੁੰਦ ਦੇ ਮੇਰੇ ਸ਼ੌ ਵੀ ਆਉਣਾ ਹੈ ਵਾ ਫਕੀਰ ਦੇ ਲੰਮੇ ਕੇਸ ਵਾ ਫਕੀਰ ਦਾ ਸੋਹਣਾ ਚਾ ਰੱਬਾ ਮੇਰਿਆ ਉਹ ਰੱਬ ਦੇ ਸੋਹਣੇ ਯਾਰ ਉਹ ਮੇਰਿਆ ਮੈਂ ਨਿਕੰਮੀ ਜਈ ਮਿੱਟੀ ਵੀ ਕੂਕਦੀ ਹਾਂ ਤੇਥੋਂ ਤੇ ਰੂਹਾਨੀ ਜਮਾਲ ਥੀ ਅੱਧੀ ਰਾਤ ਆ ਗਈ ਬੁੱਲਾ ਹੁਜਰੇ ਤੋਂ ਉੱਠ ਨੱਠਾ ਉਸੇ ਗਲੀ ਆਇਆ ਉਸੇ ਘਰ ਅੱਗੇ ਆਇਆ ਅੱਗੋਂ ਬੂਹੇ ਬੰਦ ਤੇ ਅੰਦਰ ਭੈਣ ਨੂੰ 7:00 ਵਜੇ ਦੇ ਪਏ ਸਨ ਤੇ ਸੋਹਣੇ ਹੋਂਠਾਂ ਵਿੱਚੋਂ ਤੁਮੇ ਵਰਗੇ ਕੋੜੇ ਸ਼ਬਦ ਨਿਕਲ ਰਹੇ ਸਨ ਖਸਮ ਵੋਟੀ ਨੂੰ ਕੁਟ ਰਿਆ ਸੀ ਤੇ ਕਹਿ ਰਿਹਾ ਸੀ ਕਿਹੜੇ ਖਸਮ ਦਾ ਸਿਰ ਅਜ ਗੁੰਦਿਆ ਸੀ ਵਾ ਵਾ ਵੇ ਪੰਜਾਬੀ ਖਸਮੋ ਵਾਹ ਵਾਹ ਵੇ ਪੰਜਾਬੀ ਸਾਈਓ ਬੜੇ ਸ਼ੇਰ ਹੋ ਤੋ ਸਾਨੂੰ ਕੁੜਤਨ ਹੀ ਸੋਭਦੀ ਹੈ ਨਰਪਤੀ ਹੋਣਾ ਪਰ ਬਾਹਰ ਤੱਕੇ ਦਰਵਾਜੇ ਉੱਤੇ ਉਹ ਦੁਪਹਿਰ ਵਾਲਾ ਬੁੱਲੇ ਦਾ ਰੱਬੀ ਆਵਾਜ਼ ਹਾਂਜੀ ਉਹ ਆਵਾਜ਼ ਜਿਸ ਦੀ ਕੋਮਲਤਾ ਤੇ ਮੁਲਾਇਮੀ ਤੇ ਇਲਾਹੀ ਸੁਆਪਣ ਮਿੱਠ ਸੁਰਤਾ ਅੱਗੇ ਚੰਨ ਸੂਰਤੇ ਆਕਾਸ਼ ਹੁਕਮ ਬਰਾਦਰੀ ਵਿੱਚ ਹਾਂਜੀ ਪ੍ਰੀਤ ਜਲ ਵਿੱਚ ਘੁਲ ਕੇ ਵਾਰੇ-ਵਾਰੇ ਜਾਂਦੇ ਹਨ ਹਾਂਜੀ ਫਕੀਰ ਸਾਈਂ ਖੜੇ ਹਨ ਅਰ ਦਰਵਾਜ਼ਾ ਇਉਂ ਹਿਲ ਰਿਹਾ ਹੈ ਜਿਵੇਂ ਨਿੱਕਾ ਨਿੱਕਾ ਪੁਚਾਲ ਆ ਰਿਹਾ ਹੈ ਦਰਵਾਜ਼ਾ ਖੁੱਲਾ ਤੇ ਉਸੇ ਆਲਿਸ਼ਾਨ ਜਮਾਲ ਨਾਲ ਬੁੱਲਾ ਫਕੀਰ ਵਨੜੇ ਤੇ ਵਨੜੀ ਦੇ ਐਨ ਵਿਚਕਾਰ ਜਾ ਖੜੋਤਾ ਵਾ ਵਾ ਸੋਹਣੀ ਅੱਖ ਪਤੀ ਤੱਕਦਾ ਹੀ ਨਹੀਂ ਬੁੱਲੇ ਕਾਲੀ ਕਾਲੀ ਅੱਖਿਆਨੀ ਪੈਣੜੀਏ ਨਹੀਂ ਪੈਣੜੀਏ ਮੇਰਾ ਖਸਮ ਮੈਨੂੰ ਮਾਰਦਾ ਏ ਆਖਦਾ ਹੈ ਸਿਰ ਕਿਉ ਗੁੰਦਾਈ ਆਈ ਮੇਰਾ ਸਿਰ ਵਤ ਖੋਲ ਦੇ ਵਹਿਲੀ ਵਹਿਲੀ ਹੁਣੇ ਹੀ ਬਸ ਖੋਲ ਦੇ ਵੋਟੀ ਗਬਰੂ ਦੋਵੇਂ ਬੜੇ ਭਾਰੇ ਲੜਾਕੂ ਇੱਕ ਲੜਨ ਵਾਲਾ ਤੇ ਇੱਕ ਲੜਾਈ ਚੱਲਣ ਵਾਲਾ ਦੋਵੇਂ ਚੁ ਸਾਈ ਜੀ ਦੇ ਮਿੱਟੀ ਭਰੇ ਚਮਕਦੇ ਚਰਨਾਂ ਦੇ ਹੱਥੀ ਬੱਧੀ ਗੁਲਾਮ ਫਕੀਰ ਵਲ ਦੋ ਨਿੱਕੇ ਨਿੱਕੇ ਦਿਲ ਅੱਖਾਂ ਲਾਲਾ ਤਕਰੇ ਹਨ ਸ਼ਾਂਤ ਵਰਤ ਗਈ ਹੈ ਕ੍ਰੋਧ ਤੇ ਖਿਜ ਉੱਡ ਗਏ ਹਨ ਦੋਵੇਂ ਨਾਮ ਦਾਤ ਨਾਲ ਰੰਗੇ ਗਏ ਹਨ ਹਾਂਜੀ ਅੱਧੀ ਰਾਤ ਤੇ ਉਹ ਕਮਸਾਨ ਕੋਲ ਕ੍ਰੋਧ ਵਿੱਚ ਚੁੱਪ ਦਾਤ ਦੋਹਾਂ ਨੂੰ ਵਾਹਿਗੁਰੂ ਦਾ ਪ੍ਰੇਮ ਲੱਗ ਗਿਆ ਹਾਂਜੀ ਅੱਧੀ ਰਾਤ ਤੇ ਉਹ ਕਮਸਾਨ ਕੋਲ ਕ੍ਰੋਧ ਵਿੱਚ ਚੁੱਪ ਦਾਤ ਦੋਹਾਂ ਨੂੰ ਵਾਹਿਗੁਰੂ ਪ੍ਰੇਮ ਲੱਗ ਗਿਆ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਮਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ